ਜਿਮਨੀ ਚੋਣ ਵੱਡੇ ਫਤਵੇ ਨਾਲ ਜਿੱਤੇ ਸੀ ਤੁਸੀਂ, ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਟਿਕਟ ਦਿੱਤੀ ਸੀ ਤੁਹਾਡੇ ਬਰਾਬਰ, ਹੁਣ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਅਤੇ ਦੂਸਰੇ ਪਾਸੇ ਕਾਂਗਰਸ ਹੈ ਖਹਿਰੇ ਨੂੰ ਲੈ ਕੇ ਆਈ ਹੈ, ਕਿਵੇਂ ਲੱਗਦਾ ਗਾ, ਕਿੱਦਾਂ ਦਾ ਜਿਹੜਾ ਕਿਹਦੇ ਨਾਲ ਮੁਕਾਬਲਾ ਲੱਗਦਾ, ਕਿਵੇਂ ਦੇਖਦੇ ਸਾਹਮਣੇ? ਸਰ ਸਾਹਿਬ ਜੀ, ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲਏ ਹੋ, ਸੋਨੀਆ ਗਾਂਧੀ ਨੂੰ ਲਏ ਹੋ, ਹੈਂ ਐਵੇਂ ਐਂ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ, ਨਰਿੰਦਰ ਮੋਦੀ ਦੇ ਨਾਲ ਕਰਵਾਉਂਦੇ, ਇਹ ਤੁਹਾਡਾ ਨਾਮ ਅਤੇ ਖਹਿਰਾ ਸਾਹਿਬ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਦੇਖੋ, ਮੈਂ ਸੰਗਰੂਰ ਦਾ ਭਾਈ, ਮੈਂ ਐਡਾ ਵੱਡਾ ਲੀਡਰ ਨਹੀਂ, ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣੇ ਆ ਪਤਾ ਹੋ ਵੀ ਮੋਦੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਸੋਨੀਆ ਗਾਂਧੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ, ਅਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ, ਉਹਨਾਂ ਨੂੰ ਬਹੁਤ ਛੋਟਾ। ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 'ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓਂ, ਅਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤਿਆ ਤਾਂ ਮਾਨ ਸਾਹਿਬ ਨੂੰ ਮੈਨੂੰ ਲੱਗਦਾ 5,000 ਜਿਹੜੀ ਵੋਟ ਹੈ ਜਿਹੜੀ ਪਈ ਸੀ, ਪਰ ਉਹ ਜਿਤਾਉਣ ਹਰਾਉਣ ਵਾਲੇ ਲੋਕ ਹੈ, ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ। ਸੋ ਪਤਾ ਨਹੀਂ, ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲੇ ਆ ਕੇ ਕਾਹਨੂੰ ਲੜਨਾ ਸੀ, ਉਦੋਂ ਵੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਹੈਗੇ ਸੀ, ਬਾਦਲ ਸਾਹਿਬ ਹੈਗੇ ਸੀ ਲੰਬੀਓਂ, ਉੱਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਅਤੇ ਉਹਨਾਂ ਦੀਆਂ ਗੱਲਾਂ ਕਰਦੇ। ਜਿਮਨੀ ਚੋਣ ਵੱਡੇ ਫਤਵੇ ਨਾਲ ਜਿੱਤੇ ਸੀ ਤੁਸੀਂ, ਉਸ ਟਾਈਮ ਆਮ ਆਦਮੀ ਪਾਰਟੀ ਨੇ ਇੱਕ ਸਰਪੰਚ ਨੂੰ ਟਿਕਟ ਦਿੱਤੀ ਸੀ ਤੁਹਾਡੇ ਬਰਾਬਰ, ਹੁਣ ਤੁਹਾਡਾ ਕਿਲਾ ਢਾਉਣ ਵਾਸਤੇ ਜਿਹੜਾ ਇੱਕ ਮੰਤਰੀ ਨੂੰ ਜਿਹੜਾ ਲੈ ਕੇ ਆਏ ਨੇ ਅਤੇ ਦੂਸਰੇ ਪਾਸੇ ਕਾਂਗਰਸ ਹੈ ਖਹਿਰੇ ਨੂੰ ਲੈ ਕੇ ਆਈ ਹੈ, ਕਿਵੇਂ ਲੱਗਦਾ ਗਾ, ਕਿੱਦਾਂ ਦਾ ਜਿਹੜਾ ਕਿਹਦੇ ਨਾਲ ਮੁਕਾਬਲਾ ਲੱਗਦਾ, ਕਿਵੇਂ ਦੇਖਦੇ ਸਾਹਮਣੇ? ਸਰ ਸਾਹਿਬ ਜੀ, ਜੇ ਤੁਸੀਂ ਮੁਕਾਬਲਾ ਦੇਖਣਾ ਮੋਦੀ ਨੂੰ ਲਏ ਹੋ, ਸੋਨੀਆ ਗਾਂਧੀ ਨੂੰ ਲਏ ਹੋ, ਹੈਂ ਐਵੇਂ ਐਂ ਡੱਡੂਆਂ ਦੇ ਨਾਲ ਮੇਰਾ ਮੁਕਾਬਲਾ ਕਰੀ ਜਾਂਦੇ ਹੋ, ਨਰਿੰਦਰ ਮੋਦੀ ਦੇ ਨਾਲ ਕਰਵਾਉਂਦੇ, ਇਹ ਤੁਹਾਡਾ ਨਾਮ ਅਤੇ ਖਹਿਰਾ ਸਾਹਿਬ ਦਾ ਨਾਮ ਲੈ ਕੇ ਉਹ ਕਹਿ ਰਹੇ ਨੇ ਡੱਡੂਆਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਦੇਖੋ, ਮੈਂ ਸੰਗਰੂਰ ਦਾ ਭਾਈ, ਮੈਂ ਐਡਾ ਵੱਡਾ ਲੀਡਰ ਨਹੀਂ, ਮੈਂ ਤਾਂ ਸੰਗਰੂਰੋਂ ਹੀ ਲੜ ਸਕਦਾ। ਸਿਮਰਜੀਤ ਮਾਨ ਜੀ ਨੂੰ ਕਿਹੜਾ ਨਿਆਣੇ ਆ ਪਤਾ ਹੋ ਵੀ ਮੋਦੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਸੋਨੀਆ ਗਾਂਧੀ ਜੀ ਕਿਹੜੇ ਹਲਕੇ ਤੋਂ ਲੜਦੇ ਆ, ਜਾ ਕੇ ਉੱਥੋਂ ਲੜ ਲੈਂਦੇ। ਸੰਗਰੂਰੋਂ ਵੀ ਮਾਨ ਸਾਹਿਬ ਬਾਹਰੋਂ ਆ ਕੇ ਲੜਦੇ ਆ, ਅਤੇ ਬਾਕੀ ਮੈਂ ਮਾਨ ਸਾਹਿਬ ਦਾ ਸਤਿਕਾਰ ਕਰਦਾ, ਉਹਨਾਂ ਨੂੰ ਬਹੁਤ ਛੋਟਾ। ਬਾਕੀ ਮਾਨ ਸਾਹਿਬ ਮੇਰੇ ਵਿਰੁੱਧ 2017 'ਚ ਵੀ ਇਲੈਕਸ਼ਨ ਲੜੇ ਸੀ ਬਰਨਾਲਿਓਂ, ਅਤੇ ਉਦੋਂ ਦੇ ਰਿਜ਼ਲਟ ਜੇ ਮੈਂ ਜਿੱਤਿਆ ਤਾਂ ਮਾਨ ਸਾਹਿਬ ਨੂੰ ਮੈਨੂੰ ਲੱਗਦਾ 5,000 ਜਿਹੜੀ ਵੋਟ ਹੈ ਜਿਹੜੀ ਪਈ ਸੀ, ਪਰ ਉਹ ਜਿਤਾਉਣ ਹਰਾਉਣ ਵਾਲੇ ਲੋਕ ਹੈ, ਬਰਨਾਲੇ ਦੇ ਲੋਕਾਂ ਦਾ ਫੈਸਲਾ ਹੈਗਾ। ਸੋ ਪਤਾ ਨਹੀਂ, ਜਾਂ ਉਦੋਂ ਵੀ ਮਾਨ ਸਾਹਿਬ ਨੇ ਬਰਨਾਲੇ ਆ ਕੇ ਕਾਹਨੂੰ ਲੜਨਾ ਸੀ, ਉਦੋਂ ਵੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਹੈਗੇ ਸੀ, ਬਾਦਲ ਸਾਹਿਬ ਹੈਗੇ ਸੀ ਲੰਬੀਓਂ, ਉੱਥੋਂ ਜਾ ਕੇ ਲੜ ਲੈਂਦੇ ਜੇ ਹੁਣ ਮੋਦੀ ਅਤੇ ਉਹਨਾਂ ਦੇ